ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਨੇ ਜਿਹੜੀ ਕੱਲ ਵੀਡੀਓ ਅਪਲੋਡ ਕੀਤੀ ਆ ਉਹ ਵਾਲੀ ਤੇ ਆ ਸਾਰੇ ਕਮੀਜ਼ ਦੀ 18 ਛਾਤੀ ਦੀ ਆਪਾਂ ਨੇ ਸਾਰੇ ਕਮੀਜ਼ ਦੀ ਕਟਿੰਗ ਕਰੀ ਆ ਬੈਨ ਵਾਲਾ ਗਲਾ ਬਣਾਉਣਾ ਆਪਾਂ ਨੇ ਤਾਂ ਇਹਦੀ ਮੈਂ ਕਟਿੰਗ ਵਿੱਚ ਤੁਹਾਨੂੰ ਸਾਰਾ ਦੱਸਤਾ ਤੇ ਇਹ ਆਪਾਂ ਹੁਣ ਇਹਦੇ ਪੂਰੇ ਕਮੀਜ਼ ਦੀ ਸਟੀਚਿੰਗ ਤੱਕ ਮੈਂ ਤੁਹਾਨੂੰ ਵੀਡੀਓ ਪੂਰੀ ਬਣਾਉਂਗੀ ਤੇ ਨਾਲ ਉਹ ਨਾਲ ਚੱਲਦਾ ਇੱਥੇ ਤੱਕ ਮੈਂ ਤੁਹਾਨੂੰ ਵੀਡੀਓ ਦੀ ਪਹਿਲੀ ਵੀਡੀਓ ਦੇ ਵਿੱਚ ਸਾਰਾ ਕੰਪਲੀਟ ਦੱਸਿਆ ਹੋਇਆ ਉਹ ਉਹ ਵੀ ਦੇਖ ਲਿਓ ਮੈਂ ਉਹਦਾ ਲਿੰਕ ਵੀ ਭੇਜ ਦੂੰ ਜੇ ਤੁਹਾਨੂੰ ਨਾ ਵੀ ਮਿਲੀ ਤੇ ਹੁਣ ਆਪਾਂ ਨੇ ਕੀ ਕਰਨਾ ਇੱਥੇ ਤੱਕ ਸਾਰੀਆਂ ਨਿਸ਼ਾਨੀਆਂ ਲਾ ਕੇ ਆਪਾਂ ਨੇ ਉਹਦੇ ਵਿੱਚ ਸਾਰਾ ਦੱਸਿਆ ਹੋਇਆ ਤੇ ਹੁਣ ਆਪਾਂ ਨੇ ਕੀ ਕਰਨਾ ਵਾ ਹੁਣ ਆਪਾਂ ਦੂਜਾ ਪਾਰਟ ਅੱਜ ਦੀਆਂ ਵਿੱਚ ਆਪਾਂ ਇਹਦੀਆਂ ਇਸੇ ਕਮੀਜ਼ ਦੀ ਕਿੱਦਾਂ ਆਪਾਂ ਮੋਢਾ ਬਣ ਕੇ ਕਿੱਦਾਂ ਬਾਹਾਂ ਕੱਟਣੀਆਂ ਨੇ ਅੱਜ ਆਪਾਂ ਇਸ ਵਿੱਚ ਬਾਹਾਂ ਦੀ ਕਟਿੰਗ ਕਰਾਂਗੇ ਪਹਿਲਾਂ ਆਪਾਂ ਇਦਾਂ ਕਰਕੇ ਦੇਖਣਾ ਇਦਾਂ ਦੂਜੀ ਸਾਈਡ ਤੇ ਵੀ ਨਿਸ਼ਾਨੀਆਂ ਪਲੇਟਾਂ ਦੀਆਂ ਲਾ ਕੇ ਤੇ ਦੂਜੀ ਵਾਰ ਸੇ ਨਿਸ਼ਾਨੀਆਂ ਪਲੇਟਾਂ ਲਾ ਲੈਣੀਆਂ ਨੇ ਤੇ ਫੇਰ ਆਪਾਂ ਨੇ ਆ ਇੱਥੋਂ ਅੱਧਾ ਇੰਚ ਸਲਾਈ ਚਾਊਗਾ ਇੱਥੋਂ ਤੇ ਲੈ ਕੇ ਇੰਚੀ ਟੇਪ ਦੇ ਨਾਲ ਆ ਛਾਤੀ ਦੇ ਪੁਆਇੰਟ ਤੱਕ ਆਪਾਂ ਨੇ ਮੋਢਾ ਮਿਲ ਲੈਣਾ ਇਹਦਾ ਕਿੰਨਾ ਬਣਦਾ ਆ ਦੇਖੋ ਹੁਣ ਅੱਧਾ ਕੈਂਚ ਆਪਣਾ ਇੱਥੋਂ ਸਲਾਈ ਦਾ ਉੱਪਰ ਸਲਾਈ ਚ ਆਜੂਗਾ ਇੱਥੋਂ ਤੇ ਰੱਖ ਕੇ ਆਪਾਂ ਨੇ ਤਾਂ ਹੁਣ ਮੋਢਾ ਜਿਹੜਾ ਜਰਾਂਗੇ ਆਪਾਂ ਬਾਂਧਾ ਉਹ ਇਦਾਂ ਕਰਕੇ ਨਾ ਇਦਾਂ ਕਰਕੇ ਇਹਨੂੰ ਘੁਮਾ ਕੇ ਇਦਾਂ ਕਰਕੇ ਮਿਲ ਲੈਣਾ ਆ ਪੁਆਇੰਟ ਆ ਗਿਆ ਛਾਤੀ ਦਾ ਇੱਥੇ ਤੱਕ ਆਪਣਾ ਇਹ 8.5 8.5 ਮੋਢਾ ਬਣਦਾ ਪੌਣੇ ਇੱਕ ਨੋ ਮੋਢਾ ਬਣਦਾ ਬਸ 8.18 36 ਦਾ ਤੇ ਹੁਣ ਆਪਾਂ ਨੇ ਇਸ ਹਿਸਾਬ ਦੇ ਨਾਲ ਹੀ ਆਪਾਂ ਆਪਦਾ ਹੁਣ ਬਾਵਾ ਦੀ ਕਟਿੰਗ ਕਰਨੀ ਹੈ ਤੇ ਹੁਣ ਆਪਾਂ ਨਾਲੋਂ ਜਿਹੜਾ ਕਮੀਜ਼ ਦੇ ਵਿੱਚੋਂ ਬਚਿਆ ਹੋਇਆ ਕੱਪੜਾ ਜੇਕਰ ਪਨਾ ਜ਼ਿਆਦਾ ਹੋਵੇ ਫਿਰ ਉਹਦੇ ਵਿੱਚੋਂ ਹੀ ਬਾਵਾ ਬਣ ਜਾਂਦੀ ਹੁੰਦੀਆਂ ਨੇ ਤੇ ਫਿਰ ਤਾਂ ਆਪਾਂ ਨੂੰ ਜੋੜ ਪਾਉਣ ਦੀ ਵੀ ਲੋੜ ਨਹੀਂ ਹੁਣ ਆਪਾਂ ਆ ਨਾਲੋਂ ਬਚਿਆ ਆ ਕੱਪੜਾ ਇਹਦੇ ਨਾਲੋਂ ਕਮੀਜ਼ ਦੇ ਆਪਾਂ ਜਿਹੜਾ ਇਧਰਲੀ ਸਾਈਡ ਤੋਂ ਕਟਿੰਗ ਕਰ ਲਈ ਸੀਗੀ ਤੇ ਹੁਣ ਆਪਾਂ ਇਹਦੀਆਂ ਬਾਵਾ ਦੀ ਕਟਿੰਗ ਕਰਦੇ ਆ ਆ ਦੇਖੋ ਹੁਣ ਨਾਲੋਂ ਬਚਿਆ ਕਮੀਜ਼ ਦੇ ਨਾਲ ਦਾ ਆ ਕੱਪੜਾ ਪਿਆ ਆਪਾਂ ਨੇ ਇਹਨੂੰ ਹੁਣ ਦੇਖੋ ਇਦਾਂ ਪਿਆ ਨਾ ਇਹਦੇ ਨਾਲੋਂ ਆਪਾਂ ਕਮੀਜ਼ ਦੀ ਕਟਿੰਗ ਕਰੀ ਹੋਈ ਹੈ ਤੇ ਹੁਣ ਆਪਾਂ ਨੇ ਇਹਨੂੰ ਇਦਾਂ ਕਰਕੇ ਨਾ ਫੋਲਡ ਕਰਕੇ ਦੇਖਣਾ ਇਧਰ ਨੂੰ ਫੋਲਡ ਕਰ ਲੈਣਾ ਇਧਰ ਨੂੰ ਫੋਲਡ ਕਰਕੇ ਆਪਾਂ ਨੇ ਇਹਦਾ ਆ ਚੀਜ਼ ਮੈਣੀ ਆ ਵੀ ਇਹ ਕਿੰਨੀ ਆ ਇੱਥੋਂ ਆਪਾਂ ਨੂੰ ਆਪਦਾ ਨਾ ਜਿੰਨਾ ਮੋਢਾ ਵਾ ਆਪਣਾ ਹੁਣੇ ਪੌਣੇ ਇੱਕ ਨੋ ਮੋਢਾ ਤਿਆਰ ਕਰਨਾ ਆਪਾਂ ਨੇ ਹੁਣ ਆਪਣੇ ਕੋਲੇ ਪੌਣੇ ਇੱਕ 10 ਇੰਚ ਤਾਂ ਹੋਣਾ ਚਾਹੀਦਾ ਇਧਰ ਨੂੰ ਫੋਲਡ ਕਰਿਆ ਹੋਇਆ ਕੱਪੜਾ ਹੁਣ ਇਹ ਆਪਣੇ ਕੋਲ ਬਾਧੂ ਆ 1.5 ਦਾ ਬਹੁਤ ਜ਼ਿਆਦਾ ਕੱਪੜਾ ਵਾ ਇਹਦੇ ਚ ਆਪਾਂ 9.5 ਵੀ ਮੋਡਾ ਹੋਵੇ ਤਾਂ ਵੀ ਆਪਣਾ ਇਹਦੇ ਚੋਂ ਹੀ ਬਾਹ ਇਦਾਂ ਹੀ ਬਣ ਜੂਗੀ ਫਿਰ ਆਪਾਂ ਨੂੰ ਜੋੜ ਪਾਉਣ ਦੀ ਲੋੜ ਨਹੀਂ ਹੈਗੀ ਤੇ ਹੁਣ ਆਪਣਾ ਇਦਾਂ ਕਰਕੇ ਕੱਪੜੇ ਨੂੰ ਫੋਲਡ ਕਰ ਰਹੇ ਹਾਂ ਆਹ ਵਾਲਾ ਆ ਇੱਕ ਬਾਹ ਦਾ ਬਣ ਗਿਆ ਹੁਣ ਆਪਾਂ ਨੇ ਇਦਾਂ ਹੀ ਫੋਲਡ ਕਰਕੇ ਇਧਰ ਨੂੰ ਫੋਰ ਫੋਲਡ ਕਰ ਲੈਣਾ ਇਧਰ ਨੂੰ ਠੀਕ ਹੈ ਨਾ ਆਹ ਦੇਖੋ ਇਹ ਸਮਝ ਆ ਕਿ ਨਾ ਆਪਾਂ ਕੱਪੜਾ ਕਿੰਨਾ ਫੋਲਡ ਕੀਤਾ ਆਹ ਦੇਖੋ ਪਹਿਲਾਂ ਆਪਾਂ ਨੇ ਉਧਰੋਂ ਇਧਰ ਨੂੰ ਫੋਲਡ ਕਰ ਲਿਆ ਨਾ ਕਪੜਾ ਆ ਦੇਖੋ ਦੂਰਾ ਵਾ ਆ ਦੂਰਾ ਫੋਲਡ ਕਰ ਲਿਆ ਇਹ ਆਪਣੇ ਕੋਲ ਹੁਣ ਫੋਲਡ ਕਰ ਰਹਾ ਹੈ ਇਧਰ ਨੂੰ ਆਪਣਾ ਜਿੰਨਾ ਮੋਡਾ 8.5 9 ਕਿ ਤਿਆਰ ਕਰਨਾ ਆਪਾਂ ਨੇ ਤੇ ਉਸ ਹਿਸਾਬ ਨਾਲ ਆਪਣੇ ਕੋਲ ਕਪੜਾ ਪੂਰਾ 10.5 ਕਪੜਾ ਹੈਗਾ ਇਧਰ ਨੂੰ ਫੋਲਡ ਕਰਨ ਤੋਂ ਬਾਅਦ ਇਧਰ ਨੂੰ ਮੈਨਣਾ ਆਪਾਂ ਨੇ ਤੇ ਹੁਣ ਆਪਣੇ ਕੋਲ ਉਹ ਹੈਗਾ ਜੋੜ ਪਾਉਣਾ ਨਹੀਂ ਹੈਗਾ ਹੁਣ ਆਪ ਇੱਕ ਬਾਹ ਹੋ ਗਈ ਹੁਣ ਆਪਾਂ ਇਹਨੂੰ ਦੋਨੇ ਬਾਹਾਂ ਇਕੱਠੀਆਂ ਦੀ ਕਟਿੰਗ ਕਰਨ ਦੇ ਲਈ ਆਪਾਂ ਨੇ ਇਹਨੂੰ ਇਦਾਂ ਕਰਕੇ ਇਧਰ ਨੂੰ ਫੋਰ ਫੋਲਡ ਕਰ ਲਿਆ ਠੀਕ ਆ ਹੁਣ ਦੋ ਬਾਹਾਂ ਬਣਣਗੀਆਂ ਨਾ ਆ ਦੇਖੋ ਇੱਕ ਬਾਹ ਇਹ ਆ ਹੋ ਗਈ ਇੱਕ ਬਾਹ ਆ ਹੋ ਗਈ ਦੂਰੀ ਕਰੀ ਹੋਈ ਆ ਠੀਕ ਆ ਤੇ ਆ ਹੁਣ ਆਪਣਾ ਮੂਹਰੋ ਫੋਲਡ ਕਰਿਆ ਹੈ ਵਾ ਤੇ ਹੁਣ ਆਪਾਂ ਨੇ ਇਹਦੀ ਹੁਣ ਜਿੰਨੀ ਤਿਆਰ ਇੰਨਾ ਕੁ ਫੋਲਡ ਕਰ ਲੈਣਾ ਜਿੰਨੀ ਆਪਾਂ ਬਾਹ ਦੀ ਲੰਬਾਈ ਰੱਖਣੀ ਆ ਤੇ ਉਹਦੇ ਮੂਹਰੇ ਬਾਹ ਦੀ ਲੰਬਾਈ ਦੇ ਹਿਸਾਬ ਨਾਲ ਆਪਾਂ ਇਧਰ ਨੂੰ ਐਂ ਕਰਕੇ ਫੋਲਡ ਕਰ ਲਿਆ ਹੈ ਨਾ ਤੇ ਹੁਣ ਆਪਾਂ 1.5 ਇੰਚ ਮੂਹਰੋਂ ਮੂਰੀ ਮੋੜਨ ਦਾ ਲਾ ਲੈਣਾ 1.5 ਇੰਚ ਤੇ ਮੈਂ ਨਿਸ਼ਾਨੀ ਲਾ ਕੇ ਦੱਸਦੀ ਆ ਆ ਦੇਖੋ 1.5 ਇੰਚ ਦੀ ਨਿਸ਼ਾਨੀ ਆਪਾਂ ਨੇ ਇੱਥੇ ਮੂਹਰੋਂ ਮੂਰੀ ਮੋੜਾਂਗੇ ਇਦਾਂ ਤੇ ਇਸ ਤੋਂ ਅੱਗੇ ਆਪਾਂ 1.5 ਫਾਪ ਦੀ ਬਾਹੂ ਦੀ ਲੰਬਾਈ ਲਾ ਲੈਣੀ ਆ 1.5 ਆ ਦੇਖੋ ਠੀਕ ਆ ਤੇ ਇਸ ਤੋਂ ਅੱਗੇ ਆਪਾਂ ਨੇ ਅੱਧਾ ਇੰਚ ਸਲਾਈ ਦਾ ਲਾ ਲਿਆ ਜਿਹੜਾ ਸਲਾਈ ਚ ਮੋਡਿਆਂ ਦੀ ਬਾਹਾਂ ਜੜਨ ਵੇਲੇ ਆਊਗਾ ਅੱਧਾ ਇੰਚ ਉਹ ਲਾ ਲਿਆ ਠੀਕ ਆ ਇੰਨੀ ਕ ਆਪਾਂ ਬਾਹਾਂ ਫੋਲਡ ਕਰ ਲੈਣੀ ਆ ਆਪਣੀ ਬਾਹ ਦੀ ਲੰਬਾਈ ਦੇ ਹਿਸਾਬ ਨਾਲ ਕਰਕੇ ਹੁਣ ਆਪਣਾ ਜਿੰਨਾ ਉੱਤੋਂ ਆਹਾ ਵਾਲੀ ਲੰਬਾਈ ਆ ਉਨੀ ਹੀ ਆਪਣੀ ਇੱਥੋਂ ਨੀਚੋਂ ਬਰਾਬਰ ਹੋਣੀ ਚਾਹੀਦੀ ਆ ਇਦਾਂ ਫੋਲਡ ਕਰਨ ਤੋਂ ਬਾਅਦ ਇਹ ਬਰਾਬਰ ਆ ਉੱਪਰੋਂ ਵੀ ਨੀਚੋਂ ਵੀ ਬਰਾਬਰ ਹੋਣ ਤੋਂ ਬਾਅਦ ਆਪਾਂ ਨੇ ਆਪਣੀ ਲੰਬਾਈ ਪੂਰੀ ਕਰਕੇ ਆਪਾਂ ਇੱਥੋਂ ਆ ਬਾਧੂ ਦਾ ਕੱਪੜਾ ਫਿਰ ਇਹਦੀ ਕਟਿੰਗ ਕਰ ਦੇਣੀ ਆ ਆ ਦੇ ਇੱਥੇ ਰੱਖ ਕੇ ਕਟਿੰਗ ਕਰ ਦੇਣੀ ਆ ਠੀਕ ਆ ਹੁਣ ਆਪਦੀ ਆਪਾਂ ਬਾਜੂ ਦੀ ਲੰਬਾਈ ਲੈ ਲਈਏ ਇਹ ਦੋਨੇ ਬਾਜੂ ਨੇ ਇਹ ਆ ਇੱਕ ਹੋ ਗਈ ਆ ਦੋਨੇ ਦੋਨੇ ਬਾਜੂ ਦੀ ਆਪਾਂ ਦੋਨਾਂ ਦੀ ਕਟਿੰਗ ਕਰਾਂਗੇ ਤੇ ਹੁਣ ਆਪਣਾ ਉੱਪਰੋਂ ਵੀ ਓਨੀ ਆ ਲੰਬਾਈ ਤੇ ਨੀਚੋਂ ਵੀ ਓਨੀ ਆ ਤੇ ਹੁਣ ਆਪਾਂ ਇੱਥੋਂ ਇਹ ਪੌਣੀ ਬਾਜੂ ਆ ਨਾ ਇਹ ਚਾਹੇ ਪੂਰੀ ਆ ਚਾਹੇ ਪੌਣੀ ਆ ਤੇ ਜੇ ਹਾਫ ਹੋਊਗੀ ਫਿਰ ਉਹਦੀ ਪਣ 2.5 ਇੰਚ ਕਰਾਂਗੇ 6 ਇੰਚ ਆ ਜਾਊਗਾ ਤਾਂ 2.5 ਇੰਚ ਦੀ ਕਾਟ ਪਾਵਾਂਗੇ ਤੇ ਜੇ 3 ਇੰਚ ਹੀ ਭਾਵਾਂ ਤਾਂ ਆਪਾਂ 1.5 ਇੰਚ ਪਾਵਾਂਗੇ 1.5 ਇੰਚ ਦੀ ਕਾਟ ਪਾਵਾਂਗੇ ਹੁਣ ਇਹ ਪੌਣੀ ਬਾਜੂਗਾ ਆਪਾਂ 3.5 ਦੇ ਉੱਤੇ ਇੱਥੋਂ ਤੇ ਪਿੱਛੋਂ 3.5 ਦੀ ਨਿਸ਼ਾਨੀ ਲਾਵਾਂਗੇ ਆਹ ਦੇਖੋ 3.5 ਤੇ ਉੱਤੇ ਆਹ 3.5 ਦੀ ਇੱਥੇ ਨਿਸ਼ਾਨੀ ਲਾਤੀ ਮੂਰੀ ਆਪਾਂ ਉਧਰੋਂ ਰੱਖਾਂਗੇ ਆਹ ਫੋਲਡ ਸਾਈਡ ਤੋਂ ਠੀਕ ਹੈ ਤੇ ਇੱਧਰ ਕਟਿੰਗ ਵਾਲੀ ਸਾਈਡ ਤੋਂ ਆਪਾਂ ਨੇ ਆਹ ਸਾਢੇ 3 ਦੀ ਇੱਥੋਂ ਕਾਟ ਦੀ ਨਿਸ਼ਾਨੀ ਲਾ ਲੈਣੀ ਆ ਠੀਕ ਆ ਤੇ ਫਿਰ ਆਪਾਂ ਇੱਥੋਂ ਉੱਪਰੋਂ ਸਾਢੇ 3 ਦੀ ਇੱਥੇ ਨਿਸ਼ਾਨੀ ਲਾ ਲੈਣੀ ਆ ਆਪਾਂ ਨੇ ਆਹ ਦੇਖੋ ਸਾਢੇ 3 ਦੀ ਇੱਥੋਂ ਉੱਪਰੋਂ ਲਾ ਕੇ ਸਾਢੇ 3 ਤੇ ਲਾਤੀ ਹੈ ਨਾ ਆਹ ਦੇਖੋ ਹੁਣ ਆਪਾਂ ਨੇ ਕੀ ਕਰਨਾ ਆਹ ਜਿਹੜੀ ਇੱਥੋਂ ਆਪਾਂ ਕਾਟ ਪਾਉਣ ਲਈ ਸਾਢੇ 3 ਦੀ ਲਈ ਆ ਤੇ ਇਹ ਨਿਸ਼ਾਨੀ ਤੋਂ ਆਹ ਜਿਹੜੀ ਉੱਪਰੋਂ ਸਾਢੇ 3 ਦੀ ਲਈ ਆ ਇਹ ਨਿਸ਼ਾਨੀ ਤੋਂ ਇਹਦੇ ਨਾਲ ਇਦਾਂ ਰੱਖ ਕੇ ਨਾ ਬਸ ਸਿੱਧੀ ਨਿਸ਼ਾਨੀ ਲਾ ਦੇਣੀ ਆ ਆ ਦੇਖੋ ਐਂਚੀ ਟੇਪ ਦੇ ਨਾਲ ਆਪਾਂ ਨੇ ਆਹ ਵਾਲੀ 3.5 ਤੋਂ ਇਹਦੇ ਤੱਕ ਆਹ ਜਿਹੜੀ ਉੱਪਰੋਂ 3.5 ਲਾਈ ਸੀ ਇੱਥੋਂ ਟੇਪਾ ਸਿੱਧੀ ਰੱਖ ਕੇ ਇਦਾਂ ਨਿਸ਼ਾਨੀ ਲਾਤੀ ਠੀਕ ਆ ਤੇ ਹੁਣ ਆਪਾਂ ਨੇ ਜਿਹੜੀ ਆ ਨਿਸ਼ਾਨੀ ਲਾਈ ਆ ਇਹਦੇ ਤੋਂ ਆਪਾਂ ਇਦਾਂ ਕਰਕੇ ਗੁਲਾਈ ਜੀ ਕਰਕੇ ਇਹਦੇ ਨਾਲ ਲਾ ਦਿੰਨੀ ਇੱਥੋਂ ਗੁਲਾਈ ਜੀ ਕਰ ਦੇਣੀ ਆ ਆ ਦੇਖੋ ਇਦਾਂ ਫਿਰ ਚਾਕਣਾ ਇਦਾਂ ਗੁਲਾਈ ਜੀ ਕਰਕੇ ਇਹਦੇ ਨਾਲ ਜੀ ਲਾਤੀ ਠੀਕ ਆ ਇੱਥੋਂ ਤਾਂ ਪਿਛਲੀ ਕਾਟ ਤਾਂ ਆਪਣੀ ਹੁਣ ਇਹ ਹੋ ਗਈ ਹੁਣ ਆਪਾਂ ਨੇ ਮੂਰੂ ਕੀ ਕਰਨਾ ਜਿੰਨੀ ਤਿਆਰ ਮੂਰੀ ਆ ਉਹਦੀ ਨਿਸ਼ਾਨੀ ਲਾ ਲੈਣੀ ਆ ਤੇ 1.5 ਇੰਚ ਅੰਦਰ ਜਿਹੜਾ ਆਪਾਂ ਕੱਪੜਾ ਰੱਖਣਾ ਉਹਦੀ ਨਿਸ਼ਾਨੀ ਲਾ ਲੈਣੀ ਆ ਆ ਦੇਖੋ ਇੱਥੋਂ ਤੇ ਆਪਾਂ ਆਪਦੀ ਤਿਆਰ ਮੂਰੀ ਲਾ ਲਈ ਆ 6 ਇੰਚ ਤਿਆਰ ਮੂਰੀ ਲਾ ਲਈ ਤੇ ਇਸ ਤੋਂ ਅੱਗੇ ਆਪਾਂ 1.5 ਇੰਚ ਆਪਾਂ ਆਪਦਾ 1.5 ਇੰਚ ਆ ਅੰਦਰ ਸਲਾਈ ਦਾ ਰੱਖਾਂਗੇ ਠੀਕ ਆ ਇਹਦੇ ਤੋਂ ਕਟਿੰਗ ਕਰਾਂਗੇ ਇਹਦੇ ਤੋਂ ਆਪਾਂ ਫੀਟਿੰਗ ਦੀ ਸੀਨ ਲਾਵਾਂਗੇ ਤੇ ਹੁਣ ਜਿਹੜਾ ਆਪਾਂ ਬਾਹਰੋਂ ਕਟਾਈ ਵਾਲਾ ਰੱਖਿਆ ਹੋਇਆ ਇਹਦੇ ਤੋਂ ਰੱਖ ਕੇ ਇੰਚੀ ਟੇਪ ਹੁਣ ਆਪਾਂ ਨੇ ਆਹ ਵਾਲੀ ਤੱਕ ਨਿਸ਼ਾਨੀ ਲਾ ਦੇਣੀ ਆ ਰੱਖ ਕੇ ਇੰਚੀ ਟੇਪ ਆ ਦੇਖੋ ਇਹਦੇ ਤੋਂ ਰੱਖ ਕੇ ਇੰਚ ਦੇ ਇਹਦੇ ਨਾਲ ਇਦਾਂ ਆਪਾਂ ਨਿਸ਼ਾਨੀ ਲਾਤੀ ਠੀਕ ਆ ਇਹ ਹੋ ਗਿਆ ਤੇ ਹੁਣ ਆਪਾਂ ਨੇ ਕੀ ਕਰਨਾ ਆ ਦੇਖੋ ਇਦਾਂ ਹੁਣ ਇਹਨਾਂ ਬਾਜੂ ਦੀ ਕਟਿੰਗ ਤਾਂ ਇੱਥੋਂ ਇਦਾਂ ਕਰਕੇ ਪਾਈ ਕਟਿੰਗ ਕਰ ਦੇਣੀ ਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਹੋਰ ਕੀ ਕੰਮ ਕਰਨਾ ਇੱਥੋਂ ਤੇ ਲੈ ਕੇ ਇਦਾਂ ਇਦਾਂ ਕਰਕੇ ਮਣਕੇ ਨਾਲ ਇਦਾਂ ਗਲਾਈ ਜੇ ਚ ਹੁੰਦੇ ਹੋਏ ਪੌਣੇ 9 ਦੇ ਉੱਤੇ ਆਪਾਂ ਨੇ ਆਪਦਾ ਮੋਢੇ ਦਾ ਨਿਸ਼ਾਨ ਲਾ ਦੇਣਾ ਪੌਣੇ 9 ਤੇ ਆ ਦੇਖੋ ਇਦਾਂ ਮਣਕੇ ਇੱਥੋਂ ਤੇ ਪੂਰਾ ਇਦਾਂ ਗਲਾਈ ਚ ਕਰਦੇ ਹੋਏ ਮਣਕੇ ਪੌਣੇ 9 ਦੇ ਉੱਤੇ ਮੋਢੇ ਦਾ ਨਿਸ਼ਾਨ ਲਗਾ ਕੇ ਹੁਣ ਆਪਾਂ ਨੇ ਇਸ ਮੋਡੇ ਦੇ ਨਿਸ਼ਾਨ ਤੋਂ ਆ ਜਿਹੜੀ ਫੀਟਿੰਗ ਦੀ ਨਿਸ਼ਾਨਾ ਇਹ ਆਪਣੀ ਫੀਟਿੰਗ ਵਾਲੀ ਹੋਊਗੀ ਇਦਾਂ ਗੁਲਾਈ ਚ ਹੁੰਦੇ ਹੋਏ ਨਾ ਆਪਾਂ ਇਦਾਂ ਕਰਕੇ ਇਹਦੇ ਨਾਲ ਮਿਲਾ ਦੇਣੀ ਆ ਆ ਦੇਖੋ ਹੁਣ ਇਥੋਂ ਤਿਆਰ ਮੂਰੀ ਇਤਰੋ ਆਪਣਾ ਤਿਆਰ ਮੋਡਾ ਇਹ ਆਪਣੀ ਹੋ ਗਈ ਇਦਾਂ ਫੀਟਿੰਗ ਦੀ ਨਿਸ਼ਾਨੀ ਆ ਇਦਾਂ ਇਹਦੇ ਨਾਲ ਇਥੋਂ ਦੇ ਲਿਆ ਕੇ ਨਾ ਇਦਾਂ ਥੋੜੀ ਜਿਹੀ ਗੁਲਾਈ ਚ ਹੁੰਦੇ ਹੋਏ ਇਦਾਂ ਇਹਦੇ ਨਾਲ ਲਿਆ ਕੇ ਮੋਡੇ ਨਾਲ ਮਲਾਤੀ ਠੀਕ ਆ ਹੁਣ ਆਪਾਂ ਨੇ ਕਟਿੰਗ ਕਰਨੀ ਹੈ ਦੀ ਕਟਿੰਗ ਕਿੱਥੋਂ ਕਰਨੀ ਆ ਆ ਇਹਦੀ ਬਾਹਰਲੀ ਸੀੜਾ ਆਪਣ ਲਾਈਏ ਨਾ ਕਟਿੰਗ ਵਾਲੀ ਇੱਥੋਂ ਦੇ ਲੈ ਕੇ ਇਦਾਂ ਕਰਕੇ ਗੁਲਾਈ ਚ ਹੁੰਦੇ ਹੋਏ ਆਪਾਂ ਇੱਥੋਂ ਇਹਦੀ ਹੁਣ ਕਟਿੰਗ ਕਰਦੇ ਆ ਆ ਦੇਖੋ ਹੁਣ ਇੱਥੋਂ ਦੇ ਸਟਾਰਟ ਹੋ ਜੋ ਉੱਪਰ ਕਟਿੰਗ ਕਿਥੋਂ ਕਿਥੋਂ ਕਰਤੀ ਆ ਦੇ ਇੱਥੋਂ ਆ ਅੰਦਰ ਸਲਾਈ ਵਾਲੀ ਹੋਗੀ ਆ ਇੱਥੋਂ ਬਾਹਰੋਂ-ਬਾਹਰੋਂ ਆਪਾਂ ਇਹਦੀ ਕਟਿੰਗ ਕਰਤੀ ਇੱਥੋਂ ਇੱਥਾ ਕਰਕੇ ਇਹਦੀ ਕਟਿੰਗ ਇੱਥੇ ਤੱਕ ਲਾਤੀ ਠੀਕ ਆ ਹੁਣ ਜਿਹੜਾ ਆਪਣਾ ਮੂਹਰੋਂ ਫੋਲਡ ਸਾਈਡ ਆ ਆਹ ਇਦਾਂ ਮੂਹਰੋਂ ਹਨ ਹੁਣ ਆਪਾਂ ਇਹਦੀ ਵੀ ਕਟਿੰਗ ਕਰਕੇ ਆਪਾਂ ਦੋਨੇ ਬਾਹਾਂ ਅਲੱਗ-ਅਲੱਗ ਕਰ ਲੈਣੀਆਂ ਨੇ ਇਹਦੀ ਕਟਿੰਗ ਆਪਾਂ ਕਿਥੋਂ ਕਰਨੀ ਆ ਆ ਦੇਖੋ ਆਪਾਂ ਇਹਦੀ ਹੁਣ ਕਟਿੰਗ ਕਰਕੇ ਆਪਾਂ ਦੋਨੇ ਬਾਹਾਂ ਅਲੱਗ-ਅਲੱਗ ਹੋ ਗਈਆਂ ਠੀਕ ਆ ਤੇ ਦੀ ਜਿਹਦਾ ਕਮੈਂਟ ਆਇਆ ਸੀ ਕਹਿੰਦੇ ਵੀ ਮੇਤੋਂ ਜਿਹੜੀ ਕਾਰਟ ਫਰੰਟ ਦੀ ਪੈਂਦੀ ਹੁੰਦੀ ਆ ਫਰੰਟ ਦੀ ਕਾਰਟ ਪਾਉਣੀ ਆ ਉਹ ਮੇਰੇ ਤੋਂ ਇੱਕ ਬਾਹਾਂ ਦੇ ਉੱਤੇ ਹੀ ਇਦਾਂ ਹੀ ਰੱਖੀ ਹੋਊਗੀ ਉਹਨਾਂ ਦੀ ਤਹਿ ਵੀ ਇਦਾਂ ਹੀ ਲਾਈ ਹੋਊਗੀ ਉਹਨਾਂ ਨੇ ਚੱਕ ਗਿਆ ਦੋਨੇ ਆਹ ਵਾਲੀ ਮੂਰ ਲੈਂਦੀ ਦੋਨਾਂ ਦੀ ਕਾਰਟ ਪਾਤੀ ਹੋਣੀ ਆ ਫਰੰਟ ਵਾਲੀ ਇਦਾਂ ਕਰਕੇ ਹੈਨਾ ਇਦਾਂ ਇਹਨਾਂ ਦੋਨਾਂ ਦੀ ਕਾਰਟ ਪਾਤੀ ਹੋਣੀ ਆ ਇੱਕ ਬਾਹ ਦੀ ਦਾ ਫਰੰਟ ਦੀ ਕਾਰਟ ਪੈਗੀ ਤੇ ਦੋਨਾਂ ਇਕੱਠੀਆਂ ਦੀ ਪੈਗੀ ਤੇ ਇੱਕ ਦੀ ਬਾਜੂ ਦੀ ਕਾਟਣੀ ਪਈ ਹੈਗੀ ਤੇ ਫਿਰ ਉਹਦਾ ਆਪਾਂ ਜੇ ਇਦਾਂ ਹੋ ਵੀ ਜਾਵੇ ਫਿਰ ਆਪਾਂ ਨੇ ਕੀ ਕਰਨਾ ਤੇ ਫਿਰ ਆਪਾਂ ਨੇ ਕੀ ਕਰਨਾ ਵਾ ਇਦਾਂ ਸਾਰਾ ਪਹਿਲਾਂ ਸਿੱਧਾ ਇਦਾਂ ਕਟਿੰਗ ਕਰਨੀ ਪੂ ਸਿੱਧੀ ਹੋਈ ਫਿਰ ਆਪਾਂ ਨੂੰ ਇੱਥੇ ਮੂਰੇ ਬਾਜੂ ਦੀ ਬਸ ਲੰਬਾਈ ਨੂੰ ਕਟੂਗੀ ਇਦਾਂ ਦਾ ਤੇ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਦੱਸਦੀ ਹਮੇਸ਼ਾ ਜਦੋਂ ਵੀ ਆਪਾਂ ਫਰੰਟ ਦੀ ਕਾਟ ਪਾਉਣੀ ਆ ਤੇ ਇਦਾਂ ਰੱਖੀ ਤੇ ਇਦਾਂ ਨਹੀਂ ਪਾਉਣੀ ਇਦਾਂ ਭਲੇਖਾ ਲੱਗ ਜਾਂਦਾ ਜਿਹੜੇ ਸਿੱਖ ਰਹੇ ਨੇ ਨਾ ਉਹਨਾਂ ਲਈ ਤਾਂ ਜ਼ਰੂਰੀ ਹੋਈ ਇਦਾਂ ਰੱਖਣੀ ਹੈ ਉਹਨਾਂ ਨੇ ਬਾਜੂ ਸਿੱਧੀਆਂ ਕਰਕੇ ਰੱਖ ਲਓ ਜਿਵੇਂ ਆਪਾਂ ਨੇ ਜੜਨੀਆਂ ਨੇ ਠੀਕ ਆ ਉਹ ਦੰਦੀ ਨੇ ਇੱਕ ਬਾਜੂ ਤੇ ਹੀ ਫਰੰਟ ਦੀਆਂ ਕਾਟਾਂ ਦੋਨੇ ਕਾਟਾਂ ਇੱਕ ਬਾਜੂ ਤੇ ਹੀ ਪੈ ਗਈਆਂ ਤੇ ਆ ਦੇ ਇਦਾਂ ਰੱਖਣੀਆਂ ਫੇਰ ਨਹੀਂ ਆਪਾਂ ਤੂੰ ਗਲਤ ਤਾਂ ਹੈ ਨਾ ਲੱਗਦੀ ਹੈਗੀ ਕਿ ਕਾਟ ਗਲਤ ਨਹੀਂ ਪਾਉਗੀ ਤੇ ਇਹਨੂੰ ਆਪਾਂ ਨੇ ਇਦਾਂ ਕਰਕੇ ਨਾ ਸਿੱਧਾ ਕਰਕੇ ਸਿੱਧੇ ਕੱਪੜੇ ਨਾਲ ਦੋਨੇ ਬਾਹਾਂ ਨੂੰ ਪਾਵਾਂ ਇਦਾਂ ਰੱਖ ਲੈਣੀਆਂ ਨੇ ਆ ਦੇਖੋ ਸਿੱਧੀਆਂ ਕਰ ਲੈਣੀਆਂ ਨੇ ਵਿਚ ਪੁੱਠੇ ਆ ਦੇਖੋ ਇਦਾਂ ਰੱਖ ਲੈਣੀਆਂ ਨੇ ਵਿਚ ਪੁੱਠਾ ਆ ਗਿਆ ਬਾਹਰ ਸਿੱਧੇ ਆ ਗਿਆ ਪਾਵਾਂ ਦੋਨੇ ਠੀਕ ਆ ਇਵੇਂ ਰੱਖ ਲਿਆ ਨੇ ਆਪਾਂ ਨੇ ਤੇ ਕਿਉਂਕਿ ਆਪਾਂ ਕਮੀਜ਼ ਦੇ ਉੱਤੇ ਵੀ ਇਦਾਂ ਹੀ ਚੜਨੀ ਆ ਇੱਧਰਲੀ ਇੱਧਰ ਚੜਨੀ ਆ ਇੱਧਰਲੀ ਇੱਧਰ ਚੜਨੀ ਆ ਹੁਣ ਤੁਹਾਨੂੰ ਭੁਲੇਖਾ ਨਹੀਂ ਲੱਗੂ ਹਮੇਸ਼ਾ ਮੈਂ ਕਾਟ ਜਦੋਂ ਫਰੰਟ ਦੀ ਕਾਟ ਪਵਾਉਣੀ ਆ ਮੈਂ ਇਦਾਂ ਹੀ ਰੱਖ ਕੇ ਪਵਾਉਣੀ ਹੁੰਦੀ ਆ ਇਦਾਂ ਰੱਖ ਲੈਣੀ ਨੇ ਅਮੋਂ ਸਾਹਮਣੇ ਪਾਵਾਂ ਠੀਕ ਆ ਉਹ ਦੀਦੀ ਨੇ ਇੱਕ ਬਾਜੂ ਦੇ ਉੱਤੇ ਹੀ ਦੋਨੇ ਫਰੰਟ ਦੀਆਂ ਕਾਟਾਂ ਇਕੱਠੀ ਕਟਿੰਗ ਹੋ ਗਈ ਤੇ ਫਿਰ ਹੁਣ ਉਹਦਾ ਕੀ ਹੱਲ ਹੋ ਸਕਦਾ ਸੀ ਫਿਰ ਉਹ ਦੋਨੇ ਬਾਹਾਂ 'ਵਾਂ ਰੱਖ ਕੇ ਉਹ ਦੂਜੀ ਦੀ ਵੀ ਇਹਦੀ ਦੀ ਵੀ ਫਿਰ ਇਦਾਂ ਹੀ ਦੋਨਾਂ ਦੀ ਇਕੱਠੀ ਕਟਿੰਗ ਕਰਨੀ ਪੈਣੀ ਆ ਕਾ ਠੀਕ ਕਟਿੰਗ ਕਰਨ ਤੋਂ ਬਾਅਦ ਸਿੱਧੀ ਆਹ ਵਾਲੀ ਬੈਕ ਵਾਲੀ ਇਦਾਂ ਕਟਿੰਗ ਕਰਨ ਤੋਂ ਬਾਅਦ ਫੇਰ ਦੁਬਾਰੇ ਇਦਾਂ ਰੱਖ ਕੇ ਫੇਰ ਫਰੰਟ ਦੀ ਕਾਟ ਪਾਉਗੀ ਤੇ ਫੇਰ ਜਿਹੜੀ ਮਾੜੀ ਮੋਟੀ ਨੂੰ ਲੰਬਾਈ ਇਹਦੀ ਬਾਜੂ ਦੀ ਘਟ ਜੂਗੀ ਤਾਂ ਉਹਦੇ ਮੂਹਰੇ ਫੇਰ ਨਾ ਲੀਰ ਲਾ ਕੇ ਇੰਨੀ ਸਾਰੀ 1.5 ਇੰਚ ਜਿਹੜੀ ਪਵੱਧ ਰੱਖੀ ਹੈ ਤੇ ਇਹ ਮੂਹਰੇ ਮੋੜਨ ਵਾਸਤੇ ਤੇ ਉਹ ਚ ਫੇਰ ਘਟ ਜੂਗੀ ਇਹ ਤੇ ਫੇਰ ਉਹ ਆਪਾਂ ਨੇ ਇਹਦੇ ਵਿੱਚ ਲੀਰ ਲਾ ਕੇ ਅੰਦਰ ਨੂੰ ਮੋੜ ਲੈਣੀ ਹੈ ਫੇਰ ਆਪਣੀ ਬਾਜੂ ਦੀ ਲੰਬਾਈ ਵੀ ਪੂਰੀ ਹੋ ਜੂ ਉਹ ਜਿਹੜੀ ਦੀਦੀ ਨੇ ਇੱਕ ਇੱਕ ਬਾਜੂ ਦੇ ਉੱਤੇ ਦੋ ਫਰੰਟ ਦੀ ਕਾਟ ਪਾ ਲਈ ਸੀਗੀ ਠੀਕ ਹੈ ਉਹਨਾਂ ਦੇ ਵਾਸਤੇ ਆਏ ਤੇ ਹਮੇਸ਼ਾ ਬਸ ਆਪਾਂ ਨੇ ਇਦਾਂ ਕਟਿੰਗ ਕਰਕੇ ਇਦਾਂ ਆਮੋ ਸਾਹਮਣੇ ਰੱਖ ਕੇ ਹੀ ਫਰੰਟ ਦੀ ਕਾਟ ਪਾਉਣੀ ਹੈ ਠੀਕ ਹੈ ਤੇ ਫਿਰ ਆਪਣੀ ਗਲਤ ਨਹੀਂ ਪਾਉਗੀ ਤੇ ਹੁਣ ਦੇਖੋ ਇਦਾਂ ਰੱਖ ਲਈ ਆਪਾਂ ਨੇ ਤੇ ਹੁਣ ਇਹਦੇ ਸੈਂਟਰ ਦੇ ਵਿੱਚੋਂ ਆ ਜਿੱਥੇ ਇੱਥੇ ਆਪਣਾ ਮੋਢੇ ਦੀ ਨਿਸ਼ਾਨੀ ਜਿਹੜੀ ਆਪਣੀ ਲੱਗੀ ਹੋਈ ਹੈ ਨਾ ਮੋਢੇ ਦੀ ਅੰਦਰਲੀ ਸਾਈਡ ਇੱਥੇ ਪੌਣੇ 9 ਤੇ ਲਾ ਮਿਲ ਕੇ ਦੇਖ ਲੈਣਾ ਇੱਥੋਂ ਤੇ ਪੌਣੇ 9 ਦੇ ਉੱਤੇ ਮੋਢੇ ਦੀ ਨਿਸ਼ਾਨੀ ਆਪਣੀ ਹੈ ਨਾ ਆ ਦੇਖੋ ਇੱਥੋਂ ਤੇ ਮੈਂ ਕਿ ਆਪਾਂ 9.5 ਦੇ ਉੱਤੇ ਮੋਡੇ ਦੀ ਨਿਸ਼ਾਨੀ ਲਾ ਲਈ ਆ ਤੇ ਹੁਣ ਇਹਦੇ ਸੈਂਟਰ ਚ ਇੰਨੇ ਚ ਆਹ ਵਾਲਾ ਤਾਂ ਇਹਦੀ ਨਹੀਂ ਇਹ ਆਪਣੇ ਅੰਦਰ ਵਾਧੂ ਕੱਪੜਾ ਪਿੱਛਾ ਆਊਗਾ ਸਲਾਈ ਦੇ ਤੇ ਜਿਆਦਾ ਲੱਗੂ ਇਹਨੂੰ ਕਟਿੰਗ ਕਰ ਵੀ ਦਿਓ ਬਾਹਾਂ ਦੀ ਫਿਟਿੰਗ ਲਾਉਣ ਤੋਂ ਬਾਅਦ ਇਹ ਜਿਆਦਾ ਲੱਗੂਗਾ ਨਾ ਅੰਦਰ ਫਿਰ ਇਹਨੂੰ ਕਟਿੰਗ ਵੀ ਕਰ ਦਿਓ ਤੇ ਥੋੜੀ ਥੋੜੀ ਜਿਆਦਾ ਕੱਪੜਾ ਲੱਗੂ ਤਾਂ ਥੋੜਾ ਜਿਹਾ ਕਟਿੰਗ ਕਰਕੇ ਇੰਨਾ ਕ ਅੰਦਰ ਦਾ ਵਿੱਚ ਰੱਖਣਾ ਹੀ ਆ ਬਾਹਲਾ ਫਿਰ ਔਖਾ ਜਿਹਾ ਵੀ ਕਰਦਾ ਹੁੰਦਾ ਥੋੜਾ ਥੋੜਾ ਕਟਿੰਗ ਕਰ ਦਿਓ ਜੇ ਤੁਹਾਨੂੰ ਜਿਆਦਾ ਲੱਗਦਾ ਵਾ ਤੇ ਇਸ ਕਰਕੇ ਹੁਣ ਆਪਾਂ n ਦੇ ਵਿੱਚ ਇਹਦਾ ਇਹਦਾ ਹੁਣ ਸੈਂਟਰ ਆ 9.5 ਦੇ ਵਿੱਚ ਜਿਹੜਾ ਸੈਂਟਰ ਆ ਉਹਦੇ ਇੱਥੋਂ ਸੈਂਟਰ ਜੇ ਤੋਂ 9.1 ਦੀ ਨਿਸ਼ਾਨੀ ਲਾ ਲੈਣੀ ਆ 9.1 ਦੀ ਪੂਰੇ 1 ਤੋਂ ਥੋੜਾ ਜਿਹਾ ਘੱਟ 9.1 ਦੀ ਨਿਸ਼ਾਨੀ ਲਾ ਲੈਣੀ ਆ ਤੇ ਇੱਥੋਂ ਆਪਾਂ ਨੇ ਇਹ ਦੇ ਨਾਲ ਇਹ ਦੇ ਨਾਲ ਮਿਲਾ ਦੇਣੀ ਆ ਇੱਥੋਂ ਲਿਆ ਕੇ ਆਪਾਂ ਨੇ ਆਹ ਮੋਢੇ ਵਾਲੀ ਨਾਲ ਮਿਲਾ ਦੇਣੀ ਆ ਇਹ ਫਰੰਟ ਦੀ ਆਪਣੀ ਇਦਾਂ ਕਰਕੇ ਕਾਟ ਪੈ ਜਾਣੀ ਆ ਆ ਦੇਖੋ ਹਾ ਮੋਢੇ ਵਾਲੀ ਨਿਸ਼ਾਨੀ ਤੋਂ ਇਹਦੇ ਸੈਂਟਰ ਦੇ ਵਿੱਚ ਪੌਣੇ ਇੱਕ ਦੀ ਨਿਸ਼ਾਨੀ ਲਗਾ ਕੇ ਇੱਥੋਂ ਆਪਾਂ ਏ ਦਾ ਇਹਦੇ ਨਾਲ ਮਿਲਾਤੀ ਇਦਾਂ ਲਿਆ ਕੇ ਇਹ ਇੱਥੋਂ ਆਪਾਂ ਗੁਲਾਈ ਚ ਹੁੰਦੇ ਹੋਏ ਐਨ ਇਹਦੇ ਨਾਲ ਇੱਥੇ ਲਾਤੀ ਠੀਕ ਆ ਇਹ ਫਰੰਟ ਦੀਆਂ ਹੁਣ ਆਪਣੀਆਂ ਕਾਟਾਂ ਨੇ ਤੇ ਇਦਾਂ ਰੱਖੀਆਂ ਹੋਈਆਂ ਹੋਣਗੀਆਂ ਨਾ ਜਦੋਂ ਆਪਣੀਆਂ ਫਿਰ ਆਪਾਂ ਨੇ ਆਹ ਕੱਲੇ ਫਰੰਟ ਦੇ ਉੱਤੇ ਆਹ ਪੱਲਾ ਦੇਖੋ ਕੱਲੇ ਫਰੰਟ ਦਾ ਇਦਾਂ ਚਖਣਾ ਇਦਾਂ ਕੱਲੇ ਦੇ ਉੱਤੇ ਦੀ ਕੱਲੇ ਫਰੰਟ ਦੀ ਕਾਟ ਪਾਦਰੀ ਨਾਲ نیچے ਵਾਲੀ ਦੀ ਨਹੀਂ ਕੱਟਣੀ ਚਾਹੀਦੀ ਆ ਦੇਖੋ ਇਦਾਂ ਕਰਕੇ ਨਾ ਆਪਾਂ ਇਦਾਂ ਗਲਾਈ ਜੀ ਚੁੰਦੇ ਹੋਏ ਆ ਦੇਖੋ ਇਦਾਂ ਕਰਕੇ ਇਦਾਂ ਫਰੰਟ ਦੀ ਕਾਟ ਪਾ ਦੇਣੀ ਹੈ ਠੀਕ ਹੈ ਇਦਾਂ ਹੀ ਆਪਾਂ ਇੱਧਰ ਪਾ ਦੇਣੀ ਆ ਦੇਖੋ ਹੁਣ ਆਪਾਂ ਦੋਨੇ ਇਦਾਂ ਫਰੰਟ ਦੀਆਂ ਕਾਟਾਂ ਆਪਣੀਆਂ ਪੈ ਚੁੱਕੀਆਂ ਨੇ ਕੱਲੇ ਮੂਰਲੇ ਮੂਰਲੇ ਫਰੰਟ ਦੇ ਉੱਤੇ ਠੀਕ ਹੈ ਇਦਾਂ ਰੱਖ ਕੇ ਪਾਉਣੀ ਹੈ ਫਿਰ ਗਲਤ ਨਹੀਂ ਪਾਉਗੀ ਤੇ ਬਸ ਇਹ ਹੋ ਗਈ ਅੱਜ ਆਪਣੀ ਬਾਜੂ ਦੀ ਕਟਿੰਗ ਤੇ ਆਪਾਂ ਇਹ ਪੂਰੇ ਕਮੀਜ਼ ਦੀ ਮੈਂ ਤੁਹਾਨੂੰ ਸਟੀਚਿੰਗ ਦੀ ਸਟੀਚਿੰਗ ਤੱਕ ਪੂਰਾ ਆਪਾਂ ਨੇ ਕੋਰਸ ਕਰਨਾ ਇਹਦਾ ਕਮੀਜ਼ ਦਾ ਠੀਕ ਆ ਇਹਦੀ ਕਟਿੰਗ ਦੀ ਵੀਡੀਓ ਕਮੀਜ਼ ਦੀ ਵੀ ਪਾਈ ਗਈ ਆ ਹੁਣ ਅੱਜ ਆਪਾਂ ਇਹਦੀ ਬਾਹਾਂ ਦੀ ਕਟਿੰਗ ਕਰਤੀ ਕਿੱਦਾਂ ਆਪਾਂ ਮੋੜਦਾ ਮਿਹਣ ਕੇ ਕਿੱਦਾਂ ਆਪਾਂ ਨੇ ਬਾਜੂ ਦੀ ਕਟਿੰਗ ਕਰਨੀ ਆ ਠੀਕ ਆ ਤੇ ਬਾਜੂ ਦੀ ਕਟਿੰਗ ਵੀ ਹੋ ਗਈ ਆਪਣੀ ਤੇ ਹੁਣ ਆਪਾਂ ਨੇ ਫਿਰ ਇਹਦਾ ਬੈਨ ਦਾ ਗਲਾ ਲਾਉਣਾ ਤੇ ਸਟੀਚਿੰਗ ਕਰਨੀ ਆ ਬਾਹਾਂ ਦੀ ਕਿਵੇਂ ਸਟੀਚਿੰਗ ਕਰਨੀ ਕਿਵੇਂ ਜੜਨੀਆਂ ਨੇ ਇਹ ਆਪਾਂ ਸਾਰੀ ਪੂਰੀ ਪੂਰਾ ਕੋਰਸ ਕਰਾਂਗੇ ਪੂਰੇ ਕਮੀਜ਼ ਦੇ ਉੱਤੇ ਸਲਵਾਰ ਦੀ ਕਟਿੰਗ ਵੀ ਕਰਾਂਗੇ ਪੂਰਾ ਸੂਟ ਬਣਾਵਾਂਗੇ ਠੀਕ ਆ ਤੇ ਜਿੱਥੋਂ ਜਿੱਥੋਂ ਆ ਨਾ ਸਮਝ ਆਈ ਮੈਨੂੰ ਕਮੈਂਟ ਕਰਕੇ ਜਰੂਰ ਦੱਸਦੇ ਹੋ ਜੇ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਜਰੂਰ ਕਰਦੇ ਆ ਕਰੋ ਹਾਂਜੀ ਕਿੱਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਹਾਂਜੀ ਧੰਨਵਾਦ ਜੀ